ਪੰਜਾਬ ਦੀ ਹਰ ਖਬਰ ਤੇ ਅਪਡੇਟ ਰਹਿਣ ਦੇ ਲਈ ਰੇਡੀਓ ਪੰਜਾਬ ਟੂਡ ਦਾ YouTube ਚੈਨਲ ਸਬਸਕ੍ਰਾਈਬ ਕਰੋ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2345। ਮੰਗਲਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ 'ਚ ਹੋਰ ਮੁੱਦਿਆਂ ਤੋਂ ਇਲਾਵਾ ਪੰਜਾਬ ਦੇ ਮੰਤਰੀਆਂ ਨੇ ਕਾਂਗਰਸ ਦੇ ਸੀਨੀਅਰ ਮੰਤਰੀ ਪ੍ਰਤਾਪ ਸਿੰਘ ਬਾਜਵਾ ਦੀ ਕਾਂਗਰਸ ਖਿਲਾਫ਼ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਹਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਜਿਹੜਾ ਪਾਰਟੀ ਦੇ ਡਾਊਨ ਕਰਨਾ ਜਾ ਕੇ ਬਾਹਰ ਬੋਲੂਗਾ, ਬੇਸ਼ੱਕ ਜੀ ਮੈਂ ਵੀ ਹੋਵਾਂ, ਡਿਸਪਲਿਨ ਚ ਰਹਿਣਾ ਚਾਹੀਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ। ਕਾਂਗਰਸ ਦੇ ਤੀਜੇ ਦਿਨ ਕੋਈ ਨਾ ਜੀ ਅਨਸਾਰ ਸਿੰਘ ਤੋਂ ਬਾਹਰ ਹੋ ਜਾਂਦਾ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਜੋ ਕਾਂਗਰਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਕੋਈ ਕਮੀ ਹੈ, ਕੋਈ ਨਾ ਕੋਈ ਬਗਾਵਤ ਕਰੀ ਰੱਖਦਾ? ਨਹੀਂ ਵੇਖੋ, ਪਰਿਵਾਰ ਦੇ ਵਿੱਚ ਭਾਂਡੇ ਖੜਕਦੇ ਹੁੰਦੇ ਆ, ਕੋਈ ਏਡੀ ਗੱਲ ਨਹੀਂ, ਸਾਡੇ ਕੋਈ ਇਹੋ ਜਿਹੀ ਗੱਲਬਾਤ ਨਹੀਂ। ਜਿਹੜਾ ਵੀ ਕੋਈ ਡਿਸਪਲਿਨ ਭੰਗ ਕਰੂਗਾ ਤੇ ਕਰਦੇ ਸਰ। ਸੀਏ ਕੋ ਲੇਕਰ ਕੋਈ ਡਿਸਕਸ਼ਨ ਨਹੀਂ, ਕੋਈ ਚਰਚਾ ਕੈਬਨਿਟ ਦੇ ਭਾਈ? ਅੱਜ ਦੀ ਮੀਟਿੰਗ ਦਾ ਕੀ ਸੀ ਭਾਈ? ਫੋਨ ਪਿੱਛੇ ਗੱਲੇ ਬਾਜਵਾ ਦੇ ਖਿਲਾਫ ਐਕਸ਼ਨ ਦੀ ਡਿਮਾਂਡ ਕੀਤੀ ਗਈ ਹੈ ਹੋਰ ਬੜੇ ਮੁੱਦੇ ਹੈਗੇ ਨੇ ਇਹਦੇ ਵਿੱਚ। ਪ੍ਰਤਾਪ ਸਿੰਘ ਬਾਜਵਾ ਦੀ ਕੋਈ ਡਿਸਕਸ਼ਨ ਨਹੀਂ ਹੋਈ ਸੈਸ਼ਨ, ਇਹ ਸੈਸ਼ਨ ਦੇ ਬਾਰੇ ਮੀਟਿੰਗ ਸੀਗੀ, ਕੁਛ ਹੋਰ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਬਾਰੇ ਮੀਟਿੰਗ ਸੀ, ਪੰਜਾਬ ਦੇ ਪਾਣੀਆਂ ਦੇ ਬਾਰੇ ਗੱਲ ਹੋ ਰਹੀ ਸੀ, ਇਹ ਸਾਰੀਆਂ ਚੀਜ਼ਾਂ ਇਹਦੇ ਬਾਰੇ ਗੱਲਾਂ ਹੁੰਦੀਆਂ ਨੇ, ਇਹ ਕਈ ਚੀਜ਼ਾਂ ਦੇ ਬਾਰੇ ਡਿਸਕਸ਼ਨ ਨਹੀਂ ਸੀ। ਸੀਏ ਤੇ ਤਾਂ ਸਾਡੀ ਸਰਕਾਰ ਦਾ, ਸਾਡੀ ਪਾਰਟੀ ਦਾ, ਸੀਐਮ ਸਾਹਿਬ ਦਾ ਪਹਿਲਾਂ ਹੀ ਹੈਗਾ ਵੀ ਅਸੀਂ ਇਹਦੇ ਖਿਲਾਫ਼ ਹੈਗੇ ਹਾਂ। ਅਸੀਂ ਸੈਂਟਰਲ ਗਵਰਨਮੈਂਟ ਨੂੰ ਕਿਹਾ ਵੀ ਇਹਨੂੰ ਅਮੈਂਡ ਕਰੋ, ਇਹਨੂੰ ਠੀਕ ਕਰੋ, ਇਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਨੇ ਕਮੀਆਂ ਨੇ ਉਹ ਦਰੁਸਤ ਕਰੋ। ਉਹੀ ਗੱਲ ਸੈਸ਼ਨ 'ਚ ਹੋਏਗੀ, ਹੋਰ ਉਹਦੇ ਪ੍ਰਸਤਾਵ ਆਏ ਜਾਂ ਨਾ ਆਏ, ਇਹ ਜਿਹੜੀ ਚਰਚਾ ਹੈ ਇਹ ਤਾਂ ਦੇਖੋ ਸਾਰੇ ਹਾਊਸ ਦੇ ਸਾਹਮਣੇ ਉਦੋਂ ਗੱਲ ਕੋਈ ਹੋਏਗੀ ਤਾਂ ਦੇਖੋ। ਸੀਏ ਦਾ ਜਿਹੜਾ ਮਸਲਾ ਹੈ, ਕਾਂਗਰਸ ਪਾਰਟੀ ਦਾ ਓਪਨ ਸਟੈਂਡ ਹੈਗਾ ਕਿ ਵੀ ਆਰ ਅਗੇਂਸਟ ਇਟ, ਕਿ ਇਹਦੇ 'ਚ ਕਈ ਜਿਹੜੇ ਗਰੀਬ ਨੇ, ਜਿਹੜੇ ਦਲਿਤ ਨੇ, ਜਿਹੜੇ ਮਿਨੋਰਿਟੀ 'ਚ ਨੇ, ਉਹਨਾਂ ਨੂੰ ਫਰਕ ਪਏਗਾ। ਸੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਜਿਹੜੇ ਹੱਕ ਹਕੂਕ ਨੇ, ਰਾਈਟਸ ਨੇ, ਉਹ ਕਾਇਮ ਰੱਖੇ। ਨਹੀਂ ਨਹੀਂ ਕੈਬਨਿਟ ਦੀਜ਼ ਆਰ, ਮੈਂ ਤੁਹਾਨੂੰ ਪਹਿਲਾਂ ਕਿਹਾ ਬੱਚੇ ਵੀ ਕੈਬਨਿਟ 'ਚ ਹੋਰ ਬੜੇ ਮਸਲੇ ਨੇ ਸਰਕਾਰ ਦੇ, ਫਾਈਨੈਂਸ਼ੀਅਲ ਮੈਟਰਸ ਨੇ, ਦੂਜੀਆਂ ਚੀਜ਼ਾਂ ਨੇ, ਟੀਚਰਾਂ ਦੀਆਂ ਭਰਤੀਆਂ ਨੇ, ਦੂਜੇ ਤੀਜੇ ਉਹ ਸਾਰੇ ਕੰਮ ਜਿਹੜੀਆਂ ਗੱਲਾਂ ਨੇ ਉਹ ਡਿਸਕਸ ਹੁੰਦੀਆਂ ਨੇ, ਨਾ ਕਿ ਮਸਲੇ ਹੁੰਦੇ।